ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ ਬਰਮਿੰਗਮ ਤੋਂ ਦਿੱਲੀ ਤੇ ਫਿਰ ਗੁਰੂ ਦੀ ਨਗਰੀ ਕਦੋਂ ਆਣ ਪੜਿਆ ਪਤਾ ਹੀ ਨਹੀਂ ਲੱਗਾ ਦਰਬਾਰ ਸਾਹਿਬ ਮੱਥਾ ਟੇਕ ਸੋਚੀ ਪੈ ਗਿਆ ਹੁਣ ਅੱਗੇੋਂ ਕਿੱਦਾਂ ਜਾਇਆ ਜਾਵੇ ਨਿੱਕੇ ਹੁੰਦਿਆਂ ਦੀ ਖੁਸ਼ੀਨ ਜੀ ਤਮੰਨਾ ਪੂਰਾਉਣ ਖਾਤਰ ਪਠਾਨਕੋਟ ਜਾਂਦੀ ਸਵਾਰੀ ਗੱਡੀ 'ਚ ਆ ਬੈਠਾ ਕੋਲੇ ਵਾਲੇ ਇੰਜਨ ਵਾਲੀ ਗੱਡੀ ਵੀਰਕੀ ਸਟੇਸ਼ਨ ਤੋਂ ਡੇਰੇ ਬਾਬੇ ਨਾਨਕ ਨੂੰ ਜਾਂਦੀ ਲਾਈਨ ਤੋਂ ਦੂਰ ਹੋਣ ਲੱਗੀ ਸੈਂਜ ਲੱਗਿਆ ਜਿੱਦਾਂ ਨਨਕਾਣਾ ਦੂਰ ਹੋ ਰਿਹਾ ਹੋਵੇ ਰੌਲਿਆਂ ਤੋਂ ਪਹਿਲਾਂ ਇਥੋਂ ਨਾਰੋਵਾਲ ਤੱਕ ਗੱਡੀ ਜਾਇਆ ਕਰਦੀ ਸੀ ਕੱਥੂ ਨੰਗਲ ਵਾਲੀ ਨਹਿਰ ਫਿਰ ਜੈਨਤੀਪੁਰ ਮਗਰੋਂ ਬਿਰੋਂ ਦੇ ਸੁਲਤਾਨ ਦਾ ਲੋਹੇ ਦੀਆਂ ਪੱਟੀਆਂ ਵਾਲਾ ਸ਼ਹਿਰ ਬਟਾਲਾ ਸਟੇਸ਼ਨ ਕੋਲ ਮੁਹੱਲਾ ਪ੍ਰੇਮਨਗਰ ਇਸ ਮਹੱਲੇ ਹੀ ਤਾਂ ਸ਼ਿਵ ਦਾ ਘਰ ਸੀ ਰੋਗ ਬਣ ਕੇ ਰਹਿ ਗਿਆ ਪਿਆਰ ਤੇਰੇ ਸ਼ਹਿਰ ਵਾਲਾ ਰਿਕਸ਼ੇ ਵਾਲੇ ਨੂੰ ਆਜ਼ਮਾਰੀ ਕਾਧੀਆਂ ਵਾਲੀ ਚੁੰਗੀ ਚੱਲੇਗਾ ਜਮੇ ਦਾ ਪੋਂਚਾ ਗੁੱਡੀ ਤੋਂ ਤਾਂ ਚੁੱਕ ਗੰਡ ਮਾਰਦਾ ਆਖਣ ਲੱਗਾ ਜ਼ਰੂਰ ਬਾਉ ਜੀ ਜਾਣ ਵਾਸਤੇ ਹੀ ਤਾਂ ਬੈਠੇ ਆ ਪੈਡਲ ਮਾਰਦਾ ਪਿਛਾਂ ਮੁੜ ਪੁੱਛਣ ਲੱਗਾ ਬਲੇ ਤੋਂ ਆਏ ਲੱਗਦੇ ਅਗੋਂ ਝੂਠ ਮਾਰਦਾ ਨਹੀਂ ਦਿੱਲੀ ਨੌਕਰੀ ਕਰਦਾ ਮੁਸਕੜੀਆਂ ਵਿੱਚ ਹੱਸ ਪਿਆ ਬਾਉ ਜੀ ਅਟਾਚੀ ਤੇ ਦਿੱਲੀ ਵਾਲੇ ਨਹੀਂ ਲੱਗਦੇ ਰਾਹ 'ਚ ਰੇਲਵੇ ਰੋਡ ਪੱਪੀ ਦਾ ਢਾਬਾ ਜੀਟੀ ਰੋਡ ਪੈਟਰੋਲ ਪੰਪ ਇਲਾਹਾਬਾਦ ਬੈਂਕ ਗਾਂਧੀ ਚੌਂਕ ਬਸ ਸੱਡਾ ਜਲੰਧਰ ਰੋਡ ਹੰਸਲੀ ਦਾ ਪੁਲ ਤੇ ਅੰਦਰ ਉੱਗੀ ਹਰੇ ਰੰਗ ਦੀ ਕਾਹੀ ਉਹ ਹੰਸਲੀ ਜਿਹੜੀ ਬੇਰਿੰਗ ਕਾਲਜ ਮੇਰੀ ਕਲਾਸ ਮਗਰ ਬਣੀ ਕੰਧ ਨੂੰ ਚੁੰਮ ਕੇ ਲੰਘਿਆ ਕਰਦੀ ਸੀ ਗੰਦੀ ਕਰ ਦਿੱਤੀ ਇਨਸਾਨ ਨੇ RAM ਤੇਰੀ ਗੰਗਾ ਮੈਲੀ ਵੀ ਘਰੋਂ ਦੱਸੇ ਬਗੈਰ ਵੇਖੀ ਸੀ ਅੰਦਰਲੇ ਸਿਨਮੇ ਬੇਸ਼ੱਕ ਮਗਰੋਂ ਕੁੱਟ ਵੀ ਬਥੇਰੀ ਖਾਦੇ ਫਿਰ ਜੀ ਕੀਤਾ ਬਾਬੇ ਨਾਨਕ ਦੇ ਸੋਹਰੇ ਕੰਧ ਸੋਹਰੇ ਕੰਧ ਸਾਹ ਮੱਥਾ ਟੇਕਾਂ ਪਰ ਪਿੰਡ ਵੀ ਤਾਂ ਆਪੜਨਾ ਸੀ ਟਾਂਗੇ ਦੀ ਸੀਟ ਹੇਠ ਸਮਾਨ ਟਿਕਾਉਂਦੇ ਹੀ ਬਾਬੇ ਨੇ ਟਾਂਗਾ ਤੋੜ ਲਿਆ ਸਵਾਰੀਆਂ ਦਾ ਧਿਆਨ ਬਸ ਮੇਰੇ ਵੱਲ ਕੋਈ ਲੀੜਿਆਂ ਵੱਲ ਕੋਈ ਜੈਕਟ ਵੱਲ ਵੇਖੀ ਜਾ ਰਿਹਾ ਸੀ ਤੇ ਜਦੋਂ ਆਪਣਾ ਪਿੰਡ ਦੱਸਿਆ ਤਾਂ ਕਿੰਨੀਆਂ ਵਾਕਫੀਆਂ ਰਿਸ਼ਤੇਦਾਰੀਆਂ ਨਿਕਲ ਆਈਆਂ ਰਮਾ ਰਮੇਂ ਤੁਰੇ ਜਾਂਦੇ ਘੋੜੇ ਦੇ ਨਾਲ-ਨਾਲ ਮੇਰੀਆਂ ਪੁਰਾਣੀਆਂ ਯਾਦਾਂ ਦੇ ਕਿੰਨੇ ਸਾਰੇ ਕਾਫਲੇ ਵੀ ਤੁਰੇ ਜਾ ਰਹੇ ਸਨ ਜਿਉਂ-ਜਿਉਂ ਮੰਜ਼ਿਲ ਨੇੜੇ ਆਉਂਦੀ ਗਈ ਆਪਣੇ ਪੰਦੇ ਢੇਰ ਵੀ ਉੱਚੇ ਹੁੰਦੇ ਗਏ ਪੈਦਲ ਤੁਰੇ ਆਉਂਦੇ ਕਿੰਨੇ ਸਾਰੇ ਲੋਕ ਤੇ ਸਾਈਕਲਾਂ ਤੇ ਚੜੇ ਆਉਂਦੇ ਦੁੱਦੀ ਮੈਨੂੰ ਚਿਰਾਂ ਤੋਂ ਵਿਛੜੇ ਹੋਏ ਆਪਣੇ ਮਿੱਤਰ ਜਾਂ ਪਿਆਰੇ ਯਾਦਦੇ ਘਰ ਵਾਲੇ ਦੇ ਮਗਰ ਕੁੰਡਕੱਡ ਤੁਰੀ ਜਾਂਦੀ ਇੱਕ ਚੂੜੇ ਵਾਲੀ ਹੱਥ 'ਚ ਫੜਿਆ ਸੈਂਡਲ ਸ਼ਾਇਦ ਅੱਡੀ ਲੱਗ ਗਈ ਸੀ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਕੁੰਡਕੱਡ ਲੈ ਪਤਲੀਏ ਨਾਰੇ ਸਹਰਿਆਂ ਦਾ ਪਿੰਡ ਆ ਗਿਆ ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ ਕੰਡਾ ਚੁਬਾ ਤੇਰੇ ਪੈਰ ਨਹੀਂ ਬੰਕੀ ਨਾਰੇ ਨਹੀਂ ਦਿਹਾਤੀ ਪ੍ਰੋਗਰਾਮ ਚ ਵੱਜਦੇ ਕਿੰਨੇ ਸਾਰੇ ਗੌਣ ਚਿੱਤੇ ਆ ਗਏ ਹਰੀਆਂ ਭਰੀਆਂ ਪੈਲੀਆਂ ਤੇ ਛਟਾਲੇ ਪਾਣੀ ਦੀਆਂ ਬੰਬੀਆਂ ਧੁੱਪ ਸੇਕਦੇ ਚਿੜੀਆਂ ਤੋਤੇ ਤੇ ਵਜੂਦ ਦੀ ਬੁੱਕਲ ਚ ਵੜਨ ਨੂੰ ਕਾਲੀ ਜੀ ਪੈ ਰਹੀ ਦੂਰ ਨਿਕਲਦੇ ਗੁੜ ਦੀ ਮਿੱਠੀ ਜਿਹੀ ਖੁਸ਼ਬੂ ਤੇ ਰਵਾਂ ਰਵੇਂ ਤੁਰੇ ਜਾਂਦੇ ਡੰਗਰਾਂ ਦੇ ਵਗ ਇਹ ਸਾਰੇ ਦੇ ਵਿੱਚ ਕਦੋਂ ਪਿੰਡ ਪੜ ਗਿਆ ਪਤਾ ਹੀ ਨਾ ਲੱਗਾ ਘਰੇ ਨਾ ਕੋਈ ਚਿੱਠੀ ਤੇ ਨਾ ਕੋਈ ਸੁਨੇਹਾ ਤੰਗੇ ਤੋਂ ਉੱਤਰਦਿਆਂ ਦੇਖ ਕਿੰਨੇ ਸਾਰੇ ਮੂੰਹ ਅੱਡੇ ਦੇ ਅੱਡੇ ਰਹਿ ਗਏ। ਗੋਹਾ ਫੇਰ ਦੀ ਮਾਂ ਲਿਬੜੇ ਹੱਥਾਂ ਨਾਲੀ ਦੌੜੀ ਆਈ। ਕਿਸੇ ਖੇਤਾਂ 'ਚ ਕੰਮ ਕਰਦੇ ਬਾਪੂ ਜੀ ਹੋਰਾਂ ਨੂੰ ਵੀ ਜਾ ਦੱਸਿਆ। ਸਭ ਵਾਵ ਰੋਲੇ ਵਾਂਗ ਆ ਪਹੁੰਚੇ। ਮਿੱਟੀ ਨਾਲ ਲਿਬੜੀਆਂ ਬਾਹਾਂ ਤੇ ਮੁੜਕੇ ਨਾਲ ਗੜੁੱਚ ਹੋਏ ਕੱਪੜੇ। ਅਜੀਬ ਜਿਹੀ ਮਠਾਸ, ਸਕੂਨ, ਤਸੱਲੀ। ਇੰਜ ਲੱਗਿਆ ਸਮਾਂ ਖਲੋ ਗਿਆ ਹੋਵੇ। ਹਵਾ ਵੀ ਚੁੱਪ ਕਰ ਗਈ ਹੋਵੇ। ਕਿਦਰੇ ਪਿਓ ਪੁੱਤਾਂ ਦੀ ਗੱਲਬਾਤ 'ਚ ਵਿਗਨ ਹੀ ਨਾ ਪੈ ਜਾਏ। ਪਾਈ ਜੱਫੀ ਦੀ ਪਕੜ ਉਨੀ ਦੇਰ ਢਿੱਲੀ ਨਾ ਹੋਈ ਜਦੋਂ ਤੱਕ ਮਾਂ ਨੇ ਹੁਜਮਾਰ ਪਰਾਂ ਕਰ ਮੈਨੂੰ ਦੂਜੀ ਵੇਰ ਕਲਾਵੇ ਚ ਨਾ ਲੈ ਲਿਆ। ਉਹਦੇ ਨੈਣਾ ਚੋਂ ਵਗਣੀ ਸ਼ੁਰੂ ਹੋ ਗਈ ਬਸੰਤ ਬਹਾਰ ਥੰਮਣ ਦਾ ਨਾਮ ਨਾ ਲਈ ਵੇ। ਮੇਰਾ ਵੀ ਰੋਣ ਨਿਕਲ ਗਿਆ ਗਿੱਲੀਆਂ ਅੱਖੀਆਂ ਨਾਲ। ਆਸੇ-ਪਾਸੇ ਦੇਖਿਆ ਸਾਰਾ ਪਿੰਡ ਵੇੜੇ ਚubarਿਆਂ ਤੇ ਇਕੱਠਾ ਹੋ ਗਿਆ ਸੀ। ਅਣਗਿਣਤ ਸਵਾਲ ਪਰ ਜਵਾਬ ਦੇਣ ਵਾਲਾ ਮੈਂ ਕੱਲਾ। ਚੁੱਲ੍ਹੇ ਤੇ ਰੌਣਕਾਂ ਲੱਗੀਆਂ ਧੂਏ ਉੱਠਣੇ ਸ਼ੁਰੂ ਹੋ ਗਏ ਵੀ ਜੀ ਦਾਲ ਚੁਗਣ ਲੱਗ ਪਈ ਭਾਬੀ ਨੇ ਮਿੱਠੇ ਚੌਲ ਧਰ ਦਿੱਤੇ ਚਾਚੀਆਂ ਤਾਈਆਂ ਪੱਲੇ ਚੁਲਕਾ ਲੁਕਾ ਪਤਾ ਨਹੀਂ ਕੀ ਕੁਝ ਲਿਆ ਰਹੀਆਂ ਸਨ ਪਰ ਆਲਾ ਦਵਾਲਾ ਹੋ ਰਹੀ ਇਸ ਹਿਲਜੁਲ ਨਾਲ ਰੁشناਜ਼ ਰੂਰ ਉੱਠਿਆ ਬਾਰੀ ਰਿਸ਼ਤੇਦਾਰੀ ਚੋਂ ਮੈਨੂੰ ਰਿਸ਼ਤੇ ਦੀ 10 ਪਾਉਂਦੀ ਮੇਰੀ ਨਿੱਕੀ ਭੂਆ ਸਭ ਤੋਂ ਪਹਿਲਾਂ ਆਪੜੀ ਵੱਡੇ ਵੀਰ ਨੇ ਆਉਂਦੀਆਂ ਪਹਿਲਾਂ ਉਤੋਂ ਲੈ ਕੇ ਥੱਲੇ ਤੀਕਰ ਧਿਆਨ ਨਾਲ ਦੇਖਿਆ ਤੇ ਫਿਰ ਵੱਡੇ ਵੀਰ ਨੇ ਆਉਂਦਿਆਂ ਹੀ ਪਹਿਲਾਂ ਉੱਤੋਂ ਲੈ ਕੇ ਥੱਲੇ ਤੀਕਰ ਧਿਆਨ ਨਾਲ ਵੇਖਿਆ ਤੇ ਫਿਰ ਜੱਫੀ ਚ ਲੈ ਆਖਣ ਲੱਗਾ ਬਲੈਤੀਆ ਲਿੱਸਾ ਹੋ ਗਏ ਖਾਇਆ ਪੀਆ ਕਰ ਜਾਂ ਪਹਿਲਾਂ ਜਾ ਕੇ ਨਹਾ ਧੋ ਲੈ ਫਿਰ ਇਕੱਠੇ ਬੈਠ ਰੋਟੀ ਖਾਣੇ ਆ ਨਹਾਉਣ ਗਏ ਤੇ ਵੇਖਿਆ ਉਹੀ ਗੁਸਲਖਾਨਾ ਉਹੀ ਲੱਕੜ ਦਾ ਗੇਟ, ਇੱਟਾਂ ਵਾਲਾ ਫਰਸ਼, ਤੌਲੀਏ ਕਚਹਿਰੀ ਟੰਗਣ ਵਾਲੀ ਵੀ ਉਹ ਕਿਲੀ, ਅੱਡੀਆਂ ਕੂਚਣ ਵਾਲਾ ਝਾਵਾ, ਕਿਕਰਦੀਆਂ ਦਾਤਣਾ, ਲੰਮੀ ਹੱਥੀ ਵਾਲਾ ਲਲਕਾ, ਨਿੱਕਾ ਜਿਹਾ ਰੋਸ਼ਨਦਾਨ, ਸਾਬਣਦਾਨੀ ਕੱਪੜੇ ਧੋਣ ਵਾਲੀ ਥਾਪੀ, ਪਤਾ ਨਹੀਂ ਕਿੰਨੀ ਵੇਰਕੁੱਟ ਖਾਦੀ ਸੀ ਇਸ ਨਾਲ। ਫਿਰ ਬੋਕੀ ਚੋਂ ਨਿਕਲਦੀ ਹੋਈ ਠੰਡੇ ਮਿੱਠੇ ਪਾਣੀ ਦੀ ਮੋਟੀ ਧਾਰ, ਗੁਸਲਖਾਨਾ ਕਾਹਦਾ ਸਿਰਜਿਆ ਹੋਇਆ ਪੂਰਾ ਇੱਕ ਇਤਿਹਾਸ ਸੀ। ਕੁੱਸੇ ਪਾਣੀ ਨਾਲ ਭਰੀ ਹੋਈ ਬਾਲਟੀ ਵਿੱਚੋਂ ਪਹਿਲੀ ਗੜਵੀ ਪਿੰਡੇ ਤੇ ਪਾਈ। ਇੰਜ ਲੱਗਾ ਜਿੱਦਾਂ ਵਰਿਆਂ ਤੋਂ ਥੱਕਿਆ ਹੋਇਆ ਵਜੂਦ ਇੱਕਦਮ ਤਰੋ-ਤਾਜ਼ਾ ਹੋ ਗਿਆ ਹੋਵੇ। ਅਤੀਤ ਵਿੱਚ ਪਹੁੰਚੇ ਹੋਏ ਨੂੰ ਸੁਰਤਾਈ ਤਾਂ ਵੇਖਿਆ ਬਾਲਟੀ ਕਦੋਂ ਦੀ ਖਾਲੀ ਹੋ ਚੁੱਕੀ ਸੀ। ਫਿਰ ਬਾਲਟੀ ਚੁੱਕ ਬਾਕੀ ਦਾ ਬਚਿਆ ਹੋਇਆ ਵੀ ਆਪਣੇ ਸਿਰ ਤੇ ਡੋਲ ਲਿਆ। ਅਖੀਰ ਪਿੰਡਾ ਪਹੁੰਚੇ ਸੋਚ ਬਾਹਰ ਵੇੜੇ ਲੱਗੀਆਂ। ਬੇਸ਼ਕੀਮਤੀ ਰੌਣਕਾਂ 'ਚ ਮੁੜ ਵਾਪਸ ਪਰਤ ਆਇਆ। ਕਿ ਮੰਨ ਦੀ ਸ਼ਾਂਤੀ ਦਾ ਦੁਨਿਆਵੀ ਤਰੱਕੀਆਂ ਤੇ ਦੌਲਤਾਂ ਦੇ ਉੱਚੇ ਢੇਰਾਂ ਨਾਲ ਦੂਰ ਦੂਰ ਤੱਕ ਦਾ ਵੀ ਕੋਈ ਵਾਸਤਾ ਨਹੀਂ ਹੁੰਦਾ ਇਹ ਨੇਮਤਾਂ ਤਾਂ ਆਪਣੇ ਜੀਵਾਂ ਦੇ ਚੱਲਦੇ ਸਾਹਾਂ ਦੀਆਂ ਲੜੀਆਂ ਨਾਲ ਹੀ ਪਰਵਾਨ ਚੜ ਜਾਂਦੀਆਂ ਨੇ ਤੇ ਫਿਰ ਉਹਨਾਂ ਦੇ ਵਜੂਦ ਅੰਦਰੋਂ ਆਉਂਦੀ ਮੁੜਕੇ ਦੀ ਮਿੱਠੀ ਖੁਸ਼ਬੂ ਜੀ ਕਿਧਰੇ ਸਮਾ ਜਾਂਦੀਆਂ ਫਿਰ देर ਰਾਤ ਤੱਕ ਮੇਰੀ ਠੰਡੀ ਰਜਾਈ ਨਿੱਗੀ ਕਰਾਉਣ ਵਿੱਚ ਕਿਸ-ਕਿਸ ਨੇ ਯੋਗਦਾਨ ਪਾਇਆ ਉਹ ਕਿਸੇ ਵੇਲੇ ਫਿਰ ਪਰ ਅਗਲਾ 1 ਮਹੀਨਾ ਇੰਜ ਨਿਕਲਿਆ ਜਿਦਾਂ ਇੱਕ ਦਿਨ ਹੋਵੇ ਅੱਖ ਦੇ ਫੋਰਚ ਮਿੱਠੇ ਸੁਪਨੇ ਵਾਂਗ ਧੰਨਵਾਦ